ਅਸਲਾਮ ਵਾਲੇਕਮ ਵੀਰੋ, ਕੀ ਹਾਲ ਚਾਲ ਹੈ? ਗੁਰੂ ਗੋਬਿੰਦ ਸਿੰਘ ਨੇ 100 ਸਾਖੀ ਦੇ ਅੰਦਰ ਕੁਛ ਭਵਿੱਖਬਾਣੀਆਂ ਕੀਤੀਆਂ ਵੈਂ ਜਿਹੜੀਆਂ ਕਿ ਕਾਫੀ ਜ਼ਿਆਦਾ ਸੱਚ ਹੋ ਗਈਆਂ ਵੈਂ, ਅਤੇ ਕੁਛ 2024 ਦੇ ਬਾਰੇ ਹੈ, ਅੱਗੇ ਆਉਣ ਵਾਲੀਆਂ ਵੈਂ। ਸਿੱਖ ਕੌਮ ਇਹਨਾਂ ਨੂੰ ਭਵਿੱਖਬਾਣੀਆਂ ਨੂੰ ਸੱਚ ਸਮਝਦੀ ਹੈ, ਅਤੇ ਨਾ ਸਿਰਫ ਸਿੱਖ ਬਲਕਿ ਹਿੰਦੂ ਪੰਡਿਤ ਅਤੇ ਹਿੰਦੂ ਕੌਮ ਵੀ ਇਹਨਾਂ ਭਵਿੱਖਬਾਣੀਆਂ ਨੂੰ ਸੱਚ ਸਮਝਦੀ ਹੈ ਕਿ ਸੱਚ ਹੋਣਗੀਆਂ। ਵੀਰੋ, ਕਿਹੜੀਆਂ ਭਵਿੱਖਬਾਣੀਆਂ ਵੈਂ? ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੁਰੂ ਸਾਹਿਬ ਦੀਆਂ ਉਹ ਭਵਿੱਖਬਾਣੀਆਂ ਦੇ ਬਾਰੇ ਜਾਣਾਂਗੇ, ਸੋ ਚੱਲ ਕੇ ਵੀਡੀਓ ਦੇਖਦੇ ਹਾਂ ਅਤੇ ਇਸ ਦੇ ਬਾਰੇ ਜਾਣਦੇ ਹਾਂ। ਜੇ ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਆਪਣਾ ਪਿਤਾ ਮੰਨਦੇ ਹੋ ਤਾਂ ਇਹ ਵੀਡੀਓ ਅਖੀਰ ਤੱਕ ਦੇਖਿਓ, ਕਿਉਂਕਿ ਇਸ ਵੀਡੀਓ ਵਿੱਚ ਗੁਰੂ ਸਾਹਿਬ ਦੇ ਭਵਿੱਖਤ ਬਚਨ ਯਾਨੀ ਭਵਿੱਖਬਾਣੀ ਬਾਰੇ ਦੱਸਾਂਗੇ ਜੋ ਗੁਰੂ ਸਾਹਿਬ ਨੇ ਆਉਣ ਵਾਲੇ ਸਮੇਂ ਬਾਰੇ ਕੀਤੀ ਸੀ, ਨਾਲ ਹੀ ਜਿਹੜੀਆਂ ਜਿਹੜੀਆਂ ਭਵਿੱਖਬਾਣੀਆਂ ਹੁਣ ਤੱਕ ਸੱਚ ਨਿਕਲੀਆਂ ਨੇ ਉਹ ਵੀ ਦੱਸਾਂਗੇ, ਅਤੇ 2024 ਤੋਂ ਬਾਅਦ ਕੀ ਹੋਣਾ ਉਹ ਵੀ ਇਸ ਵੀਡੀਓ ਵਿੱਚ ਦੱਸਾਂਗੇ। ਗੁਰੂ ਗੋਬਿੰਦ ਸਿੰਘ ਜੀ ਨੇ 100 ਸਾਖੀ ਵਿੱਚ 1947 ਬਾਰੇ ਭਵਿੱਖਬਾਣੀ ਕੀਤੀ ਸੀ ਕਿ ਭਾਰਤ ਵਿੱਚੋਂ ਇੱਕ ਨਵਾਂ ਦੇਸ਼ ਨਿਕਲੇਗਾ ਜੋ ਕਿ ਪਾਕ ਨਾਮ ਦਾ ਹੋਵੇਗਾ। ਫਿਰ 1984 ਬਾਰੇ ਵੀ ਕਿਹਾ ਸੀ ਕਿ ਰੰਡੀ ਦਾ ਰਾਜ ਹੋਵੇਗਾ, ਸ੍ਰੀ ਹਰਿਮੰਦਰ ਸਾਹਿਬ ਤੇ ਹਿੰਦ ਦੀ ਫੌਜ ਚੜ ਕੇ ਆਵੇਗੀ, ਘੋੜੇ ਦੇ ਪੌੜ ਜਿੰਨਾ ਖੂਨ ਡੁੱਲੇਗਾ। ਇਹ ਦੋਵੇਂ ਭਵਿੱਖਬਾਣੀਆਂ ਸੱਚ ਹੋਈਆਂ ਨੇ। ਅਤੇ ਇਸ ਤੋਂ ਇਲਾਵਾ 2024 ਬਾਰੇ ਵੀ ਜੋ ਭਵਿੱਖਬਾਣੀ ਕੀਤੀ ਸੀ ਉਹ ਵੀ ਅੱਜ ਤੁਹਾਨੂੰ ਦੱਸਾਂਗੇ, ਅਤੇ ਉਸ ਭਵਿੱਖਬਾਣੀ ਦੇ ਸੱਚ ਹੋਣ ਦੇ ਆਸਾਰ ਵੀ ਬਣ ਰਹੇ ਨੇ, ਉਸ ਬਾਰੇ ਵੀ ਦੱਸਾਂਗੇ। ਸੋ ਅੰਤ ਤੱਕ ਜੁੜੇ ਰਹੋ ਵੀਡੀਓ ਦੇ ਨਾਲ, ਅਤੇ ਸਾਡਾ ਚੈਨਲ ਪੰਜਾਬ ਫਲੇਮ ਸਬਸਕ੍ਰਾਈਬ ਜ਼ਰੂਰ ਕਰ ਲਓ। 100 ਸਾਖੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਭਵਿੱਖਤ ਬਚਨ ਨੇ ਜੋ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਹੋਣ ਬਾਰੇ ਵੀ ਲਿਖੇ ਨੇ। ਇਸ ਤੋਂ ਬਾਅਦ ਲਿਖਿਆ ਹੈ ਕਿ ਅੰਗਰੇਜ਼ ਭਾਰਤ 'ਤੇ 200 ਸਾਲ ਰਾਜ ਕਰਨਗੇ। ਪੁਰਾਣੇ ਬਜ਼ੁਰਗ ਦੱਸਦੇ ਨੇ ਕਿ ਅੰਗਰੇਜ਼ਾਂ ਨੂੰ ਜਦੋਂ ਇਸ 100 ਸਾਖੀ ਬਾਰੇ ਪਤਾ ਲੱਗਾ ਸੀ ਤਾਂ ਉਹਨਾਂ ਨੇ ਇਸ ਨੂੰ ਸਾੜਨ ਦੇ ਹੁਕਮ ਕਰ ਦਿੱਤੇ ਸੀ, ਕਿਉਂਕਿ ਉਹਨਾਂ ਨੂੰ ਆਪਣੇ ਰਾਜ ਦੇ ਖਤਮ ਹੋਣ ਦਾ ਡਰ ਸੀ। ਪਰ ਇਹ ਬਚਨ ਗੁਰੂ ਗੋਬਿੰਦ ਸਿੰਘ ਜੀ ਦੇ ਹੋਏ ਨੇ ਤਾਂ ਅੰਗਰੇਜ਼ ਰਾਜ ਖਤਮ ਹੋਣਾ ਲਾਜ਼ਮੀ ਹੀ ਸੀ। ਇਸੇ ਦਰਮਿਆਨ ਗੁਰੂ ਸਾਹਿਬ ਫਰਮਾਨ ਕਰਦੇ ਨੇ ਕਿ ਖਾਲਸਾ ਰਾਜ 2 ਵਾਰ ਕਾਇਮ ਹੋਵੇਗਾ, ਪਹਿਲਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਅਤੇ ਦੂਜਾ ਇੱਕ ਵੱਡੀ ਜੰਗ ਤੋਂ ਬਾਅਦ, ਜਿਸ ਬਾਰੇ ਆਪਾਂ ਅੱਗੇ ਗੱਲ ਕਰਾਂਗੇ। ਇਸ ਤੋਂ ਬਾਅਦ ਭਾਰਤ ਵਿੱਚੋਂ ਇੱਕ ਮੁਲਕ ਬਣੇਗਾ ਜੋ ਕਿ ਪਾਕ ਨਾਮ ਦਾ ਮੁਲਕ ਹੋਵੇਗਾ। ਜਿਵੇਂ ਕਿ ਸਭ ਨੂੰ ਪਤਾ ਹੈ ਕਿ 1947 ਵਿੱਚ ਪਾਕਿਸਤਾਨ ਬਣਿਆ ਸੀ, ਉਸ ਬਾਰੇ ਗੁਰੂ ਸਾਹਿਬ ਨੇ ਪਹਿਲਾਂ ਹੀ ਭਵਿੱਖਬਾਣੀ ਕਰ ਦਿੱਤੀ ਸੀ। ਇਸ ਤੋਂ ਬਾਅਦ ਭਾਰਤ ਪਾਕਿਸਤਾਨ ਵਿਚਕਾਰ ਜੰਗਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ, ਅਤੇ ਫਿਰ ਇੱਕ ਨਵੇਂ ਦੇਸ਼ ਢਾਕਾ ਬੰਗਾਲ ਦੇ ਹੋਂਦ ਵਿੱਚ ਆਉਣ ਬਾਰੇ ਵੀ ਲਿਖਿਆ ਹੋਇਆ ਸੀ। ਅੱਗੇ ਜਾ ਕੇ ਗੁਰੂ ਸਾਹਿਬ ਨੇ 1984 ਦੇ ਸ਼੍ਰੀ ਦਰਬਾਰ ਸਾਹਿਬ 'ਤੇ ਹਮਲੇ ਬਾਰੇ ਲਿਖਿਆ ਸੀ। ਰਾਜ ਚਲਸੀ ਰੰਡੀ ਕਾ ਫੌਜਾਂ ਚੜ੍ਹੇ ਹਰਿਮੰਦਰ ਮੈਂ ਆਨ, ਖੁਰ ਭਿਜੇ ਘੋੜੇ ਕਾ ਹਰਿਮੰਦਰ ਮੈਂ ਆਨ, ਡਟ ਜਾਏਗਾ ਖਾਲਸਾ ਕੋਰ ਬਿਪਤ ਕੇ ਬਾਅਦ, ਖੁਆਰ ਹੋਏ ਸਭ ਮਿਲੇਂਗੇ ਸਿੰਘ ਬਿਪਤ ਮੇਂ ਆਨ, ਤਬੈ ਮਾਝਾ ਮਾਲਵਾ ਦੁਆਬਾ ਦੁਖੀ ਹੋਵੇ ਸਭ ਗ੍ਰਾਮ। ਰੰਡੀ ਦਾ ਰਾਜ ਭਾਵ ਇੰਦਰਾ ਗਾਂਧੀ, ਜਿਸ ਦਾ ਫਿਰੋਜ਼ ਨਾਮ ਦੇ ਇੱਕ ਮੁਸਲਮਾਨ ਨਾਲ ਵਿਆਹ ਹੋਇਆ ਸੀ, ਫਿਰੋਜ਼ ਦੀ ਮੌਤ ਹੋ ਗਈ ਸੀ ਅਤੇ ਇੰਦਰਾ ਗਾਂਧੀ ਵਿਧਵਾ ਸੀ। ਉਸ ਦੇ ਰਾਜ ਵਿੱਚ ਸ਼੍ਰੀ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਅਤੇ ਫੌਜਾਂ ਸ਼੍ਰੀ ਹਰਿਮੰਦਰ ਸਾਹਿਬ 'ਤੇ ਚੜ੍ਹ ਕੇ ਆਈਆਂ। ਇਹਨਾਂ ਖੂਨ ਡੁੱਲਿਆ ਕਿ ਘੋੜੇ ਦਾ ਖੁਰ ਖੂਨ ਵਿੱਚ ਭਿੱਜਦਾ ਸੀ। ਇੱਥੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਅਗਵਾਈ ਵਿੱਚ ਖਾਲਸਾ ਭਾਰਤ ਦੀ ਫੌਜ ਅੱਗੇ ਡਟਿਆ ਅਤੇ ਸ਼ਹੀਦੀਆਂ ਪਾਈਆਂ। ਇਸ ਹਮਲੇ ਤੋਂ ਬਾਅਦ ਪੂਰੇ ਪੰਜਾਬ ਵਿੱਚ ਮਾਝੇ ਮਾਲਵੇ ਦੁਆਬੇ ਵਿੱਚ ਸਿੱਖ ਬਹੁਤ ਦੁਖੀ ਹੋਏ। ਇਸ ਤੋਂ ਬਾਅਦ ਇਸ ਹਮਲੇ ਦਾ ਬਦਲਾ ਭਾਈ ਬੇਅੰਤ ਸਿੰਘ ਅਤੇ ਭਾਈ ਸਤਵੰਤ ਸਿੰਘ ਨੇ ਇੰਦਰਾ ਗਾਂਧੀ ਨੂੰ ਗੱਡੀ ਚੜ੍ਹਾ ਕੇ ਲਿਆ ਸੀ, ਅਤੇ ਫਿਰ ਇੰਦਰਾ ਦੇ ਸੋਧੇ ਮਗਰੋਂ ਸਿੱਖਾਂ ਦਾ ਸਮੂਹਿਕ ਕਤਲੇਆਮ ਵੀ ਹੋਇਆ ਸੀ। ਇਸ ਤੋਂ ਅੱਗੇ ਜੇ ਗੱਲ 2024 ਦੀ ਕਰੀਏ ਤਾਂ ਗੁਰੂ ਸਾਹਿਬ ਫਰਮਾਨ ਕਰਦੇ ਨੇ, ਤਵੇ ਰੂਸ ਚੀਨ ਹਿੰਦ ਮੇਂ ਚੜ੍ਹ ਆਵੈ, ਘੋਰ ਯੁੱਧ ਮਚ ਕਰ 70 ਕਰੋੜ ਸੇ 17 ਕਰੋੜ ਬਚ ਜਾਵੇ। ਭਾਵ ਰੂਸ ਅਤੇ ਚੀਨ ਹਿੰਦ ਯਾਨੀ ਭਾਰਤ 'ਤੇ ਚੜ੍ਹ ਕੇ ਆਉਣਗੇ, ਜਿਸ ਜੰਗ ਵਿੱਚ ਘੋਰ ਤਬਾਹੀ ਹੋਵੇਗੀ।
70 ਕਰੋੜ ਲੋਕਾਂ ਵਿੱਚੋਂ 17 ਕਰੋੜ ਲੋਕ ਹੀ ਬਚਣਗੇ। ਮੌਜੂਦਾ ਹਾਲਾਤ ਦੇਖੀਏ ਤਾਂ ਜੀਓਪੋਲਿਟਿਕਸ ਦੀ ਸਮਝ ਰੱਖਣ ਵਾਲੇ ਜਾਣਦੇ ਨੇ ਕਿ ਰੂਸ, ਚੀਨ ਸਮੇਤ ਕੁਝ ਮੁਲਕਾਂ ਦਾ ਇੱਕ ਗਰੁੱਪ ਹੈ ਜਿਸ ਨੂੰ ਬ੍ਰਿਕਸ ਕਹਿੰਦੇ ਨੇ, ਜਿਸ ਵਿੱਚ ਬੀ ਤੇ ਬ੍ਰਾਜ਼ੀਲ, ਆਰ ਤੇ ਰਸ਼ੀਆ, ਆਈ ਤੇ ਇੰਡੀਆ, ਸੀ ਤੇ ਚਾਈਨਾ ਅਤੇ ਐਸ ਤੇ ਸਾਊਥ ਅਫਰੀਕਾ ਸ਼ਾਮਲ ਨੇ। ਇਹ ਗਰੁੱਪ ਅਮਰੀਕਾ ਅਤੇ ਨਾਟੋ ਮੁਲਕਾਂ ਨੂੰ ਟੱਕਰ ਦਿੰਦਾ ਹੈ। ਇਹਨਾਂ ਵਿੱਚ ਭਾਰਤ ਅਮਰੀਕਾ ਨਾਲ ਵੀ ਸੰਬੰਧ ਰੱਖਦਾ ਹੈ ਅਤੇ ਬ੍ਰਿਕਸ ਨਾਲ ਵੀ ਚੱਲਦਾ ਹੈ। ਹਾਲ ਹੀ ਵਿੱਚ ਕੈਨੇਡਾ ਵਿੱਚ ਸਿੱਖ ਆਗੂ ਭਾਈ ਹਰਦੀਪ ਸਿੰਘ ਨਿੱਜਰ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸਦਾ ਦੋਸ਼ ਕਥਿਤ ਤੌਰ 'ਤੇ ਭਾਰਤ ਸਰਕਾਰ 'ਤੇ ਲਾਇਆ। ਇਸ ਸਮੇਂ ਅਮਰੀਕਾ ਸਮੇਤ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਸਮੇਤ 5 ਮੁਲਕ ਅਤੇ ਇਹਨਾਂ ਦਾ ਯੂਰਪ ਨਾਲ ਜੋ ਨਾਟੋ ਦਾ ਇੱਕ ਸਾਂਝਾ ਗਰੁੱਪ ਹੈ ਇੱਕ ਪਾਸੇ ਖੜ੍ਹੇ ਨੇ ਅਤੇ ਦੂਜੇ ਪਾਸੇ ਖੜ੍ਹੇ ਨੇ ਰੂਸ ਅਤੇ ਚਾਈਨਾ ਯਾਨੀ ਬ੍ਰਿਕਸ ਗਰੁੱਪ। ਪਰ ਅਮਰੀਕਾ ਚਾਹੁੰਦਾ ਹੈ ਕਿ ਭਾਰਤ ਰੂਸ ਨਾਲੋਂ ਤੋੜ ਵਿਛੋੜਾ ਕਰੇ, ਇਸ ਕਰਕੇ ਪਿਛਲੇ ਸਮੇਂ ਵਿੱਚ ਸਿੱਖ ਕੌਮ ਨੂੰ ਅਮਰੀਕਾ ਵੱਲੋਂ ਵੱਡੀ ਹਮਾਇਤ ਮਿਲ ਰਹੀ ਹੈ, ਖਾਲਿਸਤਾਨ ਦੇ ਰੈਫਰੈਂਡਮ ਨੂੰ ਮਾਨਤਾ ਮਿਲ ਰਹੀ ਹੈ ਅਤੇ ਭਾਈ ਹਰਦੀਪ ਸਿੰਘ ਨਿੱਜਰ ਦੇ ਮਾਮਲੇ ਵਿੱਚ ਵੀ ਭਾਰਤ 'ਤੇ ਦਬਾਅ ਬਣਾਇਆ ਜਾ ਰਿਹਾ ਹੈ। ਲੋਕ ਕਹਿ ਰਹੇ ਨੇ ਕਿ ਸਮਾਂ ਮਿਲ ਰਿਹਾ ਹੈ ਕਿ 100 ਸਾਖੀ ਵਿੱਚ ਲਿਖੇ ਅਨੁਸਾਰ ਭਾਰਤ ਜਦੋਂ ਰੂਸ ਨਾਲੋਂ ਰਿਸ਼ਤਾ ਤੋੜੇਗਾ ਤਾਂ ਉਹ ਭਾਰਤ 'ਤੇ ਚੜ੍ਹ ਕੇ ਆਵੇਗਾ ਅਤੇ ਇਸ ਤੋਂ ਬਾਅਦ ਜੰਗ ਲੱਗੇਗੀ। ਜਿਵੇਂ ਅੱਜ ਵੀ ਸਿਆਣੇ ਲੋਕ ਆਖ ਰਹੇ ਨੇ ਕਿ ਅਸੀਂ ਤੀਜੀ ਸੰਸਾਰ ਜੰਗ ਵੱਲ ਵੱਧ ਰਹੇ ਹਾਂ। 100 ਸਾਖੀ ਵਿੱਚ ਇਹ ਵੀ ਲਿਖਿਆ ਹੈ ਕਿ ਇੱਕ ਭਿਆਨਕ ਜੰਗ ਮਗਰੋਂ ਖਾਲਸੇ ਦਾ ਦੂਜੀ ਵਾਰ ਦੁਬਾਰਾ ਰਾਜ ਆਵੇਗਾ ਜਿਸ ਵਿੱਚ ਦਲੀਪ ਸਿੰਘ ਨਾਮ ਦਾ ਸਿੱਖ ਹੋਵੇਗਾ ਜੋ ਕਿ ਅਗਵਾਈ ਕਰੇਗਾ। ਇਹ ਦਲੀਪ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਨਹੀਂ ਸਗੋਂ ਹੋਰ ਦਲੀਪ ਸਿੰਘ ਹੈ ਜੋ 100 ਸਾਖੀ ਵਿੱਚ ਲਿਖਿਆ ਹੋਇਆ। ਦਿੱਲੀ ਤਖ਼ਤ ਪੈ ਬਹਿ ਜਾਵੇ ਗੁਰੂ ਕੀ ਫੌਜ, ਤਬੈ ਸਵੈ ਅੰਮ੍ਰਿਤ ਪਾਨ ਕਰੈ, ਤਾਬੇ ਚਲੇ ਜੋ ਪੰਥ ਕੇ, ਜਮਕਾ ਬਾਣ ਨਾ ਖਾਵੈ, ਨੰਗਾ ਭੁੱਖਾ ਮੰਗਤਾ ਕੋਈ ਨਾ ਜਾਵੈ, ਲੰਗਰ ਸਭ ਕੋ ਖਾਵੈ, ਤਬੀ ਕਲਯੁਗ ਮੈਂ ਸਤਯੁਗ ਹੋਸੀ ਆਨ। ਲਿਖਿਆ ਹੈ ਕਿ ਖਾਲਸੇ ਦੇ ਇਸ ਰਾਜ ਵਿੱਚ ਸਾਰੇ ਅੰਮ੍ਰਿਤ ਛਕਣਗੇ, ਕੋਈ ਭੁੱਖਾ ਨੰਗਾ ਨਹੀਂ ਹੋਵੇਗਾ, ਸਭ ਨੂੰ ਖਾਣ ਨੂੰ ਲੰਗਰ ਮਿਲੇਗਾ। ਇਸ ਤਰ੍ਹਾਂ ਦਾ ਖਾਲਸਾ ਰਾਜ ਹੋਵੇਗਾ ਕਿ ਕਲਯੁਗ ਵਿੱਚ ਵੀ ਸਤਯੁਗ ਵਰਗਾ ਮਾਹੌਲ ਬਣ ਜਾਵੇਗਾ। ਵੀਰੋ, ਗੁਰੂ ਗੋਬਿੰਦ ਸਿੰਘ ਦੀ 100 ਸਾਖੀ ਦੇ ਬਾਰੇ ਸਿੱਖ ਤਾਂ ਬਿਲੀਵ ਕਰਦੇ ਆ ਕਿ ਉਹਨਾਂ ਦੀ 100 ਸਾਖੀਆਂ ਸੱਚ ਸਾਬਤ ਹੋਈਆਂ। ਉਹਦੇ ਨਾਲ ਨਾਲ ਹਿੰਦੂ ਪੰਡਿਤ, ਹਿੰਦੂ ਕੌਮ ਵੀ ਇਸ ਚੀਜ਼ ਅਤੇ ਮੁਸਲਮਾਨ ਵੀ ਇਸ ਚੀਜ਼ ਨੂੰ ਮੰਨਦੇ ਆ ਕਿ ਗੁਰੂ ਗੋਬਿੰਦ ਸਿੰਘ ਦੀਆਂ ਜਿਹੜੀਆਂ 100 ਸਾਖੀਆਂ ਵਾ ਉਹ ਸੱਚ ਸਾਬਤ ਹੋਈਆਂ ਵਾ। ਕਿਉਂਕਿ ਪਿੱਛੇ ਦੇਖੋ ਵੀਰੋ, ਉਹਨਾਂ ਨੇ ਕਿੰਨੀ ਦੇਰ ਤੱਕ 200 ਜਾਂ 300 ਸਾਲ ਪਹਿਲੇ 100 ਸਾਖੀ ਕਹਿ ਦਿੱਤੀ ਸੀ ਅਤੇ ਉਹ ਗੱਲਾਂ ਸੱਚ ਸਾਬਤ ਹੋ ਗਈਆਂ। ਜਿਸ ਤਰ੍ਹਾਂ ਕਿ ਰੰਡੀ ਦਾ ਰਾਜ ਆਏਗਾ, ਇੰਦਰਾ ਗਾਂਧੀ ਦਾ ਰਾਜ ਆਇਆ, ਫਿਰ ਉਹਨੇ ਜਿਹੜਾ ਉਹਨਾਂ ਨੇ ਕਿਹਾ ਸੀ ਕਿ ਘੋੜੇ ਦੇ ਪੈਰ ਖੂਨ ਦੇ ਡੁੱਬ ਜਾਣਗੇ, ਸਿੱਖਾਂ ਦਾ ਕਿੰਨਾ ਜ਼ਿਆਦਾ ਕਤਲੇਆਮ ਕੀਤਾ ਗਿਆ 1984 ਦੇ ਵਿੱਚ, ਉਹ ਗੱਲ ਸਾਬਤ ਹੋ ਗਈ। ਫਿਰ ਖਾਲਸਾ ਰਾਜ ਆਏਗਾ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ, ਉਹ ਵੀ ਗੱਲ ਸਾਬਤ ਹੋ ਗਈ। ਹੋਰ ਇਸ ਤੋਂ ਇਲਾਵਾ ਵੀ ਕਈ ਐਸੀ ਭਵਿੱਖਬਾਣੀਆਂ ਮੈਂ ਜਿਹੜੀਆਂ ਕਿ ਸਾਬਤ ਹੋ ਗਈਆਂ, ਕਿਉਂਕਿ ਪਹਿਲੇ ਲਿਖੀਆਂ ਸੀ ਉਹ ਸਾਬਤ ਹੋ ਗਈਆਂ, ਹੁਣ ਅੱਗੇ ਆਉਣ ਵਾਲੀਆਂ ਜਿਹੜੀਆਂ ਭਵਿੱਖਬਾਣੀਆਂ ਮੈਂ ਅਸਲ ਉਹਦੇ ਉੱਤੇ ਮੁੱਦਾ ਵੈ। ਤੁਸੀਂ ਦੇਖੋ ਵੀਰੋ ਕਿ ਜਿਸ ਤਰ੍ਹਾਂ ਕਿਹਾ ਕਿ ਕੋਈ ਵੀ ਨੰਗਾ ਭੁੱਖਾ ਨਹੀਂ ਰਹੇਗਾ ਅਤੇ ਲੰਗਰ ਸਿੱਖ ਕਿੰਨਾ ਜ਼ਿਆਦਾ ਲੰਗਰ ਦਾ ਇਹਤਮਾਮ ਕਰ ਰਹੇ ਆ, ਜਗ੍ਹਾ ਜਗ੍ਹਾ 'ਤੇ ਲੰਗਰ ਲਾਏ ਹੈ, ਭੁੱਖੇ ਲੋਕਾਂ ਨੂੰ ਖਾਣਾ ਖਿਲਾ ਰਹੇ ਆ, ਇਹ ਵੀ ਭਵਿੱਖਬਾਣੀ ਇੱਕ ਤਰ੍ਹਾਂ ਦੀ ਸੱਚ ਸਾਬਤ ਹੁੰਦੀ ਨਜ਼ਰ ਆ ਰਹੀ ਹੈ। ਫਿਰ ਦੂਸਰਾ ਤੁਸੀਂ ਦੇਖੋ ਕਿ ਜੰਗ ਲੱਗੀ ਹੋਈ ਹੈ, ਫਲਸਤੀਨ ਅਤੇ ਇਸਰਾਇਲ ਦੀ ਜੰਗ ਲੱਗੀ ਹੈ, ਇਸਲਾਮੀ ਮੁਲਕ ਇੱਕ ਬੰਨੇ ਆ, ਦੂਸਰੇ ਬੰਨੇ ਅਮੈਰੀਕਾ, ਦੂਸਰੇ ਮੁਲਕ ਹੋਣ ਰਹੇ ਆ, ਇਹ ਜੰਗ ਅੱਗੇ ਵੀ ਫੈਲ ਸਕਦੀ ਹੈ ਜਿਹਦੇ ਨਾਲ ਇੱਕ ਤੀਸਰੀ ਵਰਲਡ ਵਾਰ ਲੱਗ ਸਕਦੀ ਹੈ। ਵੀਰੋ ਹੋਰ ਵੀ ਇਸ ਤਰ੍ਹਾਂ ਦੇ ਕਈ ਆਸਾਰ ਬਣ ਰਹੇ ਹੈ ਜਿਹਦੇ ਨਾਲ ਇੱਕ ਮਾਹੌਲ ਚੇਂਜ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਅਸੀਂ ਪਿਛਲੀ ਵੀਡੀਓ ਦੇ ਵਿੱਚ ਦੇਖਿਆ ਕਿ ਹੈਦਰਾਬਾਦ ਦੇ ਇੱਕ ਪਿੰਡ ਦੇ ਵਿੱਚ 500 ਲੋਕ
ਜਿਹੜੇ ਹੈ ਉਹ ਸਿੱਖ ਬਣ ਗਏ ਹੈ। ਹੋਰ ਵੀ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕ ਹੈਗੇ ਆ ਜਿਹੜੀ ਕਿ ਸਿੱਖੀ ਦੇ ਵਿੱਚ ਸ਼ਾਮਿਲ ਆਉਣ ਨੂੰ ਫਿਰਨ ਰਹੇ। ਇਸ ਤੋਂ ਲੱਗਣ ਦਿਆ ਵਾ ਕਿ ਜਿਹੜਾ ਖਾਲਸਾ ਰਾਜ ਹੈ ਉਹ ਜਲਦੀ ਆ ਰਿਹਾ ਵਾ। 96 ਕਰੋੜ ਜਿਹੜੇ ਸਿੱਖ ਹੈ ਉਹਨਾਂ ਦੀ ਗਿਣਤੀ ਪੂਰੀ ਹੁੰਦੀ ਹੋਈ ਨਜ਼ਰ ਆ ਰਹੀ ਹੈ। ਵੀਰੋ, ਇਹ ਕੁਛ ਇਹੋ ਜਿਹੀ ਅਲਾਮਤਾਂ ਵੈ ਜਿਹਦੀ ਵਜ੍ਹਾ ਤੋਂ ਇਹ ਭਵਿੱਖਬਾਣੀਆਂ ਸੱਚ ਹੁੰਦੀਆਂ ਸਾਬਤ ਨਜ਼ਰ ਆ ਰਹੀਆਂ ਵੈ। ਵੀਰੋ, ਤੁਹਾਨੂੰ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ? ਤੁਸੀਂ ਇਸ ਦੇ ਬਾਰੇ ਆਪਣੀ ਕੀ ਰਾਏ ਰੱਖਦੇ ਜੇ? ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ। ਆਪਣਾ ਢੇਰ ਸਾਰਾ ਖਿਆਲ ਰੱਖਿਓ, ਦੁਆਵਾਂ ਯਾਦ ਰੱਖਿਓ। ਅੱਲਾ ਹਾਫਿਜ਼।